ਕੀਤਾ ਸੀ ਸ਼ਾਹਕੋਟ ਦੇ ਨੇੜੇ ਪਿੰਡ ਢੰਡੋਵਾਲ ਵਿਖੇ ਸਾਲਾਨਾ ਕਬੱਡੀ ਕੱਪ ਦਾ ਸ਼ੁਭ ਉਦਘਾਟਨ ਬਾਬਾ ਪਰਮਜੀਤ ਸਿੰਘ ਵਿਦਿਸ਼ਾ ਨੇ ਝੰਡਾ ਲਹਿਰਾ ਕੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਨੇ ਪਹਿਲਾਂ ਪਰੇਡ ਕੀਤੀ, ਉਸ ਤੋਂ ਬਾਅਦ ਕਬੱਡੀ ਦੇ ਮੈਚ ਸ਼ੁਰੂ ਕਰਵਾਏ ਗਏ। ਕਬੱਡੀ ਫਾਈਨਲ ਮੈਚ ਨਕੋਦਰ ਨੇ ਜੇਤੂਆਂ ਅਤੇ ਬੈਸਟ ਰੇਡਰ ਅਤੇ ਜਾਫੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਹਕੋਟ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਹਨਾਂ ਦੇ ਨਾਲ DSP ਪਿਆਰਾ ਸਿੰਘ, SHO ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ ਚੱਠਾ ਮਾਰਕੀਟ ਕਮੇਟੀ ਚੇਅਰਮੈਨ ਸ਼ਾਹਕੋਟ, ਕੁਲਵੰਤ ਸਿੰਘ ਚੱਠਾ UK, ਲਖਵੀਰ ਸਿੰਘ ਚੱਠਾ, ਗੁਰਪਾਲ ਚੱਠਾ ਕਲੱਬ ਪ੍ਰਧਾਨ UK, ਅਵਤਾਰ ਸਿੰਘ ਵਾਈਸ ਪ੍ਰਧਾਨ, ਬਲਦੇਵ ਸਿੰਘ ਚੱਠਾ, ਅਨਿਲ ਕੁਮਾਰ ਸਰਪੰਚ ਮਸੀਹਾਂ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸ਼ਾਹਕੋਟ ਤੋਂ ਜਗਦੀਪ ਰੰਧਾਵਾ ਦੀ ਵਿਸ਼ੇਸ਼ ਰਿਪੋਰਟ। ਬੜੀ ਖੁਸ਼ੀ ਦੀ ਗੱਲ ਆ, ਇਹ ਢੰਡੋਆ ਨਗਰ ਇੱਕ ਸਾਡੇ ਸ਼ਾਹਕੋਟ ਹਲਕੇ ਦਾ ਦਿਲ ਆ ਔਰ ਇਸ ਨਗਰ ਦੇ ਵਿੱਚ ਬੜਾ ਹਰ ਸਾਲ ਤੁਸੀਂ ਵਧੀਆ ਟੂਰਨਾਮੈਂਟ ਕਰਵਾਉਂਦੇ ਆ, ਪਲੇਅਰ ਸਾਹਿਬਾਨਾਂ ਦਾ ਸਤਿਕਾਰ ਵਧਾਉਂਦੇ ਆ, ਉਹਨਾਂ ਦੀ ਹੌਸਲਾ ਵਧਾਈ ਕਰਦੇ ਆ ਔਰ ਉਹਨਾਂ ਨੂੰ ਪੈਸੇ ਨਾਲ ਵੀ ਨਿਵਾਜਦੇ ਆ। ਤੁਸੀਂ ਸਾਰੇ ਮੇਰੇ NR ਵੀਰ ਔਰ ਢੰਡੋਆ ਦੇ ਸਾਰੇ ਸਹਿਯੋਗੀ ਨਗਰ ਨਿਵਾਸੀ, ਮੇਰੇ ਵੀਰ ਕੁਲਵੰਤ ਸਿੰਘ ਚੱਠਾ ਸਾਹਿਬ ਚੇਅਰਮੈਨ ਔਰ ਗੁਰਪਾਲ ਸਿੰਘ ਚੱਠਾ ਸਾਹਿਬ ਪ੍ਰੈਜ਼ੀਡੈਂਟ, ਅਵਤਾਰ ਸਿੰਘ ਚੱਠਾ ਵਾਈਸ ਪ੍ਰੈਜ਼ੀਡੈਂਟ, ਲਖਵੀਰ ਸਿੰਘ ਚੱਠਾ ਮੀਡੀਆ ਸੈਕਟਰੀ ਔਰ ਪਲਵਿੰਦਰ ਸਿੰਘ ਚੱਠਾ UK ਜਨਰਲ ਸੈਕਟਰੀ, ਤਾਂ ਬਲਵਿੰਦਰ ਸਿੰਘ ਚੱਠਾ ਕੈਸ਼ੀਅਰ ਸਾਹਿਬ, ਤਾਂ ਬਲਵੰਤ ਸਿੰਘ ਲੱਦੜ ਸਾਹਿਬ ਮੈਂਬਰ ਇਹਨਾਂ ਦੇ, ਤਾਂ ਗੁਰਦਿਆਲ ਸਿੰਘ ਚੱਠਾ UK ਸਾਰੇ NR ਵੀਰ ਜਦੋਂ ਉੱਥੋਂ ਹਰ ਸਾਲ ਆਉਂਦੇ ਆ ਸਾਨੂੰ ਖੁਸ਼ੀ ਹੁੰਦੀ ਆ। ਸਾਡੇ ਭਰਾ ਸੱਤ ਸਮੁੰਦਰੋਂ ਪਾਰ ਜਾ ਕੇ ਇਹਨਾਂ ਨੇ ਜੋ ਉੱਥੇ ਮੱਲਾ ਮਾਰਿਆ ਉੱਥੇ ਸਾਡੇ ਪਰਿਵਾਰਾਂ ਦੀ ਸ਼ਾਨ ਵਧਾਈ, ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਇਹਨਾਂ ਨੇ, ਇਹ ਆਪਣੀ ਮਾਂ ਧਰਤੀ ਨੂੰ ਪਿਛੋਕੜ ਨੂੰ ਵੀ ਇਹਨਾਂ ਨੇ ਭੁੱਲਿਆ ਔਰ ਇਹਨਾਂ ਨੇ ਹਰ ਸਾਲ ਇੱਥੇ ਆ ਕੇ ਜਿਹੜਾ ਇਹ ਕਬੱਡੀ ਨੂੰ ਲੱਖਾਂ ਦੇ ਵਿੱਚ ਲੈ ਕੇ ਗਏ।